ਇਹ ਕਹਾਣੀ ਹੈ ਇੰਸਟਾਗ੍ਰਾਮ ਸ਼ਹਿਰ ਦੀ ਜਿੱਥੇ ਲੋਕ ਆਪਣਾ ਟੈਲੈਂਟ ਸ਼ੋ ਕਰਦੇ ਨੇ ਪਰ ਆ ਕੀ ਇਹ ਟੈਲੈਂਟ ਆ ਨਹੀਂ ਇਸਕੋ ਬੰਦ ਕੀਆ ਜਾਏ ਬੰਦ ਕਰੋ ਇਸਕੋਅੱਜ ਦਿਨ ਖੁਸ਼ੀਆਂ ਦਾ ਸੱਜਣਾ ਮੈਂ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਲੇਕਿਨ ਇੱਕ ਸੈਕਿੰਡ ਲੈ ਫਿਰ ਆ ਗਏ ਸਭ ਰਾਜ ਖੁਸ਼ੇ ਇਹ ਫੇਰ ਆ ਗਈ ਲਾ 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 ਇਹਨਾਂ ਵਰਗਿਆ ਤਾਂ ਅਕਾਊਂਟ ਵਾਪਿਸ ਕਰ ਦਿੰਦਾ ਵਾ ਇੰਸਟਾਗ੍ਰਾਮ ਇਹੀ ਕੋਈ ਧਾਰਮਿਕ ਪੇਜ ਹੋਵੇ ਤਾਂ ਉਹ ਵਾਪਿਸ ਨਹੀਂ ਕਰਦਾ ਆਗ ਮੇ ਹਾਥ ਡਾਲੋਗੇ ਜਲ ਜਾਓਗੇ ਇੰਸਟਾਗ੍ਰਾਮ ਵੀ ਵਾਪਸ ਇਹਨਾਂ ਦਾ ਅਕਾਊਂਟ ਤਾਂ ਹੀ ਕਰਦਾ ਵਾ ਜਿਵੇਂ ਇਹਨਾਂ ਦੀ ਭੂਆ ਦੀ ਕੁੜੀ ਲੱਗਦੀ ਹੁੰਦੀ ਹੈ ਤੁਮ ਸਮਝ ਨਹੀਂ ਰਹੇ ਹੋ ਸ਼ਾਇਦ ਅੰਦਰੋਂ ਅੰਦਰੋਂ ਹੀ ਗੱਲ ਹੋ ਗਈ ਹੋਣੀ ਆ ਦਿਸ ਇਜ਼ ਬਿਜ਼ਨਸ ਦਿਸ ਇਜ਼ ਮਾਈ ਸਵਾਟ ਆ ਨੋ ਬਟ ਆਈ ਡਿਡ ਬਿਜ਼ਨਸ ਸ਼ਟ ਅਪ ਵੈਸੇ ਆ ਕੁੜੀ ਸਾਲ ਦਾ 30 ਲੱਖ ਰੁਪਇਆ ਤਾਂ ਕਮਾ ਹੀ ਲੈਂਦੀ ਹੋਣੀ ਪਹਿਲੇ ਜੈਪੁਰ ਦਾ ਜਲਵਾ ਦਿਖਾਓ ਨਾ 30 ਲੱਖ ਦੀ ਲਾਂਤਾ ਤੇਰੇ ਤੇ ਫਿਰ ਸਾਡੇ ਲੱਖ ਹੁੰਦਾ जो शहर च कूड़ा करकट ज्यादा फैलन लग जाए तो कूड़ा चुकन आले आंदे जरूर ने गाड़ी वाला आया घर से कचरा निकाल पर कूड़ा चक के ता ले गए पर फिर वापस उही जगह ते छड़ गए बस मेनू इस चीज तो ही दिक्कत आ ਤੁਸੀਂ ਤਾਂ ਮੇਰੇ ਮੂੰਹ ਦੀ ਗੱਲ ਖੋਲ ਰਹੀ ਹੈ ਨਹੀਂ ਇਹ ਪੋਜ਼ ਦਾ ਮਤਲਬ ਕੀ ਆ ਕੀ ਕਹਿਣਾ ਚਾਹੁੰਦੇ ਹੋ ਹਾਈ ਪ੍ਰੈਸ਼ਰ ਪੈ ਰਿਹਾ ਟੱਟੀ ਦਾ ਓਏ ਤੂੰ ਮੇਰੀ ਫੋਟੋ ਕਿੱਥੇ ਜਾਣਾ ਕਿੱਥੇ ਜਾਣਾ ਲੈ ਫੋਟੋ ਤਾਂ ਸੋਹਣੀ ਆਈ ਹੈ ਆਪਾਂ ਅਪਲੋਡ ਕਰ ਦਿੰਦੇ ਹਾਂ ਇੰਸਟਾ ਤੇ ਬਥੇਰੇ ਲਾਈਕਸ ਆਉਣਗੇ ਫੋਲੋਅਰਸ ਆਉਣਗੇ फॉलोवर्स उन्होंने बेचारियों का तो बुरा हाल हो गया जो इंस्टाग्राम से वापस आ गई सी मतलब जो इंस्टाग्राम ने वापस अकाउंट दे दिता सीगा फैंस देखो किन्ने खुश हो गए वेरी हैप्पी टू सी योर स्माइल बैक डियर स्माइल किथे है स्माइल तो दिखाई नहीं रही वो तो कुछ होर ही दिखाई जाती है बाकी इन पता नहीं गर्मी काफी चढ़ी हुई है नी मजे आ गए हां चलो लाइट भी जाती रहती ना ज्यादा लाइट करके अगले नु गर्मी लग रही होनी है मतलब फिर लाइट नहीं होगी पक्का कितने चलूगा फिर कपड़े लाने मेरी सरकार नु यही बेनती है कि बिजली दे कट घट तो घट लाया करो क्योंकि ਇਹਨਾਂ ਵਰਗਿਆਂ ਨੇ ਬਾਅਦ ਚੋਂ ਤੁਹਾਡਾ ਹੀ ਨਾਮ ਲਾਣਾ ਵਾ ਕਿ ਅਸੀਂ ਕੱਪੜੇ ਇਸ ਕਰਕੇ ਉਤਾਰ ਕੇ ਵੀਡੀਓ ਬਣਾਉਂਦੇ ਸੀ ਕਿ ਲਾਈਟ ਦੇ ਕੱਟ ਲੱਗਦੇ ਰਹਿੰਦੇ ਸੀਗੇ ਇਸ ਕਰਕੇ ਅਸੀਂ ਇੱਦਾਂ ਵੀਡੀਓ ਬਣਾਉਂਦੇ ਸੀਗੇ ਤੇ ਲੋਕ ਸਾਨੂੰ ਗਲਤ ਕਮੈਂਟ ਕਰਦੇ ਆ ਉਸ ਦੀ ਵਜ੍ਹਾ ਸਿਰਫ ਸਰਕਾਰ ਹੈ ਸਰਕਾਰ ਨੂੰ ਬੋਲੋ ਸਾਨੂੰ ਨਾ ਬੋਲੋ ਫਿਰ ਤੁਹਾਡੇ ਦੇ ਹੀ ਨਾਮ ਲਾਣੇ ਨੇ ਇਹਨਾਂ ਨੇ ਮੈਂ ਪਹਿਲੇ ਦੱਸਦਾ ਇਸ ਕਰਕੇ ਬਿਜਲੀ ਦੇ ਕੱਟ ਘੱਟ ਲਾਇਆ ਕਰੋ ਇਹ ਪਿੱਕ ਦਾ ਪਤਾ ਕੀ ਮਤਲਬ ਹੈ ਮੈਂ ਪਾਗਲ ਹੋ ਜਾਣਾ ਫੋਲੋਵਰਸ ਪਿੱਛੇ ਇਸ ਕੁੜੀ ਦੀ ਆਈਡੀ ਖੋਲ ਕੇ ਐਵੇਂ ਨਹੀਂ ਲੱਗਦਾ ਕਿ ਮੈਂ ਇੰਸਟਾਗ੍ਰਾਮ ਚਲਾ ਰਿਹਾ ਵਾਂ ਸਗੋਂ ਇਹ ਲੱਗਦਾ ਵਾ ਕਿ ਕਿਸੇ ਮੈਂ 18 ਪਲੱਸ ਸਾਈਟ ਤੇ ਆ ਗਿਆ ਹਾਂ ਕਿਆ ਮੈਂ ਬੋਲੂੰ ਬੋਲ ਮੇਰਾ ਦਿਮਾਗ ਖਰਾਬ ਹੈ ਤਾਂ ਕਰਕੇ ਮੈਂ ਇਹੋ ਜਿਹੀਆਂ ਵੀਡੀਓਜ਼ ਬਣਾਉਣੀ ਹੈ ਬੋਲੋ ਉਹ ਜਿਵੇਂ ਕੁੱਤਾ ਰੋਟੀ ਦੁੱਧ ਨੂੰ ਮੂੰਹ ਐ ਨਹੀਂ ਕਰਦਾ ਹੁੰਦਾ ਉਵੇਂ ਇਹ ਫੋਲੋਵਰਾਂ ਵਿੱਚੋਂ ਜੀਵ ਕੱਢੀ ਜਾਂਦੀ ਆ गर्मी इतनी बढ़ गई है ना कि बुरा हाल होया पया लोकां दा पर सोचने वाली गल है कि ए सिर्फ गर्मी कुड़ियां नु ही क्यों लगती है आग बहुत है जिनू आपा मेजर फायर गल कहने आ देखो इना विच टैलेंट बहुत है वैसे गाना कोई भी होवे डांस कर ही लेंदियां ने पर स्टेप इको ही हुंदा वा चितड़ हलाओ चितड़ हलाओ चितड़ हलाओ चितड़ हलाओ चितड़ हलाओ चितड़ हलाओ ਸੋਹਣ ਲੱਗੇ ਇਹਦੇ ਨਾਲ ਵਧੀਆ ਨਾ ਮੈਨੂੰ ਭਾਬੀ ਚੁੰਮੇ ਵਾਲੀ ਲੱਗਣ ਲੱਗ ਗਈ ਆ ਪਤਾ ਕਿਉਂ ਉਹ ਭਾਵੇਂ ਲੋਕਾਂ ਨੂੰ ਚੁੰਮੇ ਦਿੰਦੀ ਰਹਿੰਦੀ ਆ ਹਲੋ ਆ ਰੱਖ ਲੈ ਚੁੰਮਾ ਪਰ ਇਹਦੇ ਵਾਂਗੂ ਗੰਦ ਤਾਂ ਨਹੀਂ ਪਾਉਂਦੀ ਉਹ ਚੱਕ ਅੱਖ ਆ ਚੱਕ ਚੁੰਮਾ ਪਤਾ ਨਹੀਂ ਵੀਰਵਾਰ ਹੈ ਕਿ ਜੁਮਾ ਇੱਕ ਤਾਂ ਨਾ ਇਹ ਰੋਲਾ ਬਹੁਤ ਪਾਉਂਦੀ ਆ ਉਹ ਕੀ ਕਰਤਾ ਰੇ ਤੇਰੀ ਤੂੰ ਹਾਂਜੀ ਅੱਜ ਵੀਡੀਓ ਇੰਨੀ ਸੀ ਵੀਡੀਓ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਦੇ ਨਾਲ ਬਣੇ ਰਹੋ ਤੇ ਨੋਟੀਫਿਕੇਸ਼ਨ ਜ਼ਰੂਰ ਆਨ ਕਰ ਲਿਓ ਤੇ ਪਾਰਟ 2 ਲਈ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਤੇ ਲਾਈਕ ਜ਼ਰੂਰ ਕਰ ਦਿਓ ਯਾਰ ਦੁਬਾਰਾ ਕਹਿ ਰਿਹਾ ਹਾਂ ਤੇ ਮਿਲਦੇ ਹਾਂ ਅਗਲੇ ਵੀਡੀਓ 'ਚ ਇੱਕ ਮਿੰਟ ਫੋਲੋ ਵੀ ਕਰ ਲਿਓ ਇੰਸਟਾਗ੍ਰਾਮ ਤੇ ਇੱਥੇ ਯੂਜ਼ਰ ਨੇਮ ਦਿੱਤਾ ਵਾ ਉਸ ਤੇ ਆਪਾਂ ਫਨੀ ਫਨੀ ਰੀਲਸ ਅਪਲੋਡ ਕਰਿਆ ਕਰਾਂਗੇ ਤੇ ਚਲੋ ਕਰਦੇ ਹਾਂ ਮਤਲਬ
ਤੇ ਕਰ ਲਓ ਯਾਰ ਫੁੱਲ ਬਸ ਠੀਕ ਹੈ ਜੀ ਤਾਂ ਮਿਲਦੇ ਹਾਂ ਅਗਲੀ ਵੀਡੀਓ ਚੰਗਾ ਜੀ ਸਤਿ ਸ਼੍ਰੀ ਅਕਾਲ।